ने कोई दर्शन भी और ये साउथ अफ्रीका दे विच काम करते ही साउथ अफ्रीका लुम्बाशी ते उत्थे क्रेन ऑपरेटर सी ते क्रेन चलाउंदा चलाउंदा ते क्रेन खड़ी कीती है ते ओ क्रेन दी ब्रेक फेल हो गई है उन्नू दोबारा रोकण वास्ते तां चढ़िया ते इन्हां दी डैथ हो गई है। मैं गरीबनी बड़ी तगड़ी हाँ, कौन मेरे तगड़ी गरीबनी है, मैं मेरा रहा कुछ नहीं आदमी मेरा, वेखो जरा कितने चल गया पुत मेरा चल गया। बीती शुक्रवार उस कहने के मुताबिक भी उस रात उसनों हार्ट अटैक आने करके उसकी मौत हो चुकी है, सानू शनिवार को पता लगा इस चीज़ बारे। ਤੁਹਾਨੂੰ ਹੁਣ ਜਦੋਂ ਕਦੋਂ ਪਤਾ ਲੱਗਿਆ ਤੁਹਾਨੂੰ? ਸਾਨੂੰ ਤਾਂ ਜੀ ਕੱਲ ਹੀ ਦੱਸਿਆ ਸਾਡੇ ਰਿਸ਼ਤੇਦਾਰਾਂ ਨੇ। ਅੱਛਾ ਜੀ, ਉਹ ਤਾਂ ਹੈ ਨਹੀਂ ਗਾ, ਜਦੋਂ ਉੱਥੋਂ ਕਮਰੇ 'ਚ ਦੇਖੇ ਨੇ ਮੁੰਡੇ ਦੋਨੇ ਹੈ ਨਹੀਂ ਸੀ, ਉੱਤੇ ਪਏ ਉੱਠੇ ਹੀ ਨਹੀਂ ਗਏ ਦੋ ਮੁੰਡੇ ਦੀ। ਹਾਂਜੀ, ਇੱਕ ਹੋਰ ਮੁੰਡਾ ਸੀ ਨਾਲ, ਇਹਦੇ ਦੋਨੇ ਕਮਰੇ 'ਚ ਪਏ ਸੀਗੇ, ਪਾਰਟੀ ਪੂਰਟੀ 'ਤੇ ਜਾ ਕੇ ਆਏ ਸੀ। ਅੱਛਾ ਬੀਬੀ, ਜਿੱਦਾਂ ਤੁਸੀਂ ਡਰਾਈਵਰੀ ਕਰਦੇ ਹੋ ਬੜੇ 22 ਲੱਖ ਰੁਪਇਆ ਬੜਾ ਔਖਾ ਇਕੱਠਾ ਕੀਤਾ ਉਹਨਾਂ ਨੇ, ਕਰਜ਼ਾ ਕੁਰਜ਼ਾ ਵੀ ਲਿਆ, ਪੜ੍ਹਾਈ ਕੀਤੀ ਸੀ ਉਹਦੀ, ਪੈਸਾ ਬਹੁਤ ਲੱਗਿਆ ਜੀ, ਮਤਲਬ ਪੈਸਾ ਬਹੁਤ ਸਾਰੀ ਜ਼ਿੰਦਗੀ ਬੱਚਿਆਂ ਦੇ ਲਾਤੀ ਜੀ। ਪੰਜਾਬ ਤੋਂ ਨੌਜਵਾਨ ਆਪਣੇ ਚੰਗੇ ਭਵਿੱਖ ਅਤੇ ਰੋਜ਼ੀ ਰੋਟੀ ਲਈ ਵਿਦੇਸ਼ਾਂ ਵੱਲ ਜਾਂਦੇ ਨੇ। ਅਜਿਹੇ 3 ਨੌਜਵਾਨ ਜੋ ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ ਅਤੇ ਲੁਧਿਆਣਾ ਤੋਂ ਗਏ ਤਾਂ ਸੁਪਨੇ ਪੂਰੇ ਕਰਨ ਸੀ, ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਇਸ ਦੁਨੀਆ ਤੋਂ ਰੁਖਸਤ ਹੋ ਗਏ, ਜਿਸ ਦੇ ਚਲਦੇ ਪਰਿਵਾਰਾਂ ਵੱਲੋਂ ਮ੍ਰਿਤਕ ਦੇਹਾਂ ਨੂੰ ਪੰਜਾਬ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਸਨੀ ਇਨਕਲੇਬ ਦਾ ਸੁਲਵਿੰਦਰ ਸਿੰਘ 6 ਸਾਲ ਪਹਿਲਾਂ ਰੋਜ਼ੀ ਰੋਟੀ ਦੇ ਲਈ ਸਾਊਥ ਅਫਰੀਕਾ ਗਿਆ ਸੀ, ਜਿੱਥੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਆਪਣੀ ਜਾਨ ਗਵਾ ਬੈਠਾ, ਜਿਸ 'ਚ ਪਤਨੀ ਅਤੇ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਏ। ਪਰਿਵਾਰ ਮੰਗ ਕਰ ਰਿਹਾ ਕਿ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਜਾਵੇ। ਮੇਰਾ ਨਾਮ ਹਰਪ੍ਰੀਤ ਸਿੰਘ ਆ, ਇਹ ਜਿਨ੍ਹਾਂ ਦੀ ਡੈਥ ਹੋਈ ਹੈ ਮੇਰੇ ਜੀਜਾ ਜੀ ਆ, ਔਰ ਇਹ ਸਾਊਥ ਅਫਰੀਕਾ ਦੇ ਵਿੱਚ ਕੰਮ ਕਰਦੇ ਸੀ, ਸਾਊਥ ਅਫਰੀਕਾ ਲੁੰਬਾਸ਼ੀ ਅਤੇ ਉੱਥੇ ਕਰੇਨ ਆਪਰੇਟਰ ਸੀ ਅਤੇ ਕਰੇਨ ਚਲਾਉਂਦਿਆਂ ਕਿਤੇ ਕਰੇਨ ਖੜ੍ਹੀ ਕੀਤੀ ਹੈ ਅਤੇ ਉਹ ਕਰੇਨ ਦੀ ਬ੍ਰੇਕ ਫੇਲ ਹੋ ਗਈ ਹੈ, ਉਹਨੂੰ ਦੁਬਾਰਾ ਰੋਕਣ ਵਾਸਤੇ ਤਾਂ ਚੜ੍ਹਿਆ ਅਤੇ ਇਹਨਾਂ ਦੀ ਡੈਥ ਹੋ ਗਈ ਹੈ। ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਜਲਦੀ ਤੋਂ ਜਲਦੀ ਸਾਨੂੰ ਸੌਂਪ ਦਿੱਤੀ ਜਾਵੇ, ਤਾਂ ਜੋ ਅਸੀਂ ਉਹਨਾਂ ਦੀ ਅੰਤਿਮ ਕਿਰਿਆ ਕਰ ਸਕੀਏ। ਅਤੇ ਬਾਕੀ ਇਹਨਾਂ ਬੱਚਿਆਂ ਦਾ ਥੋੜ੍ਹਾ ਛੋਟੇ ਛੋਟੇ 2 ਬੱਚੇ ਆ, ਇਹਨਾਂ ਦੇ ਪਿੱਛੇ ਕੋਈ ਨਹੀਂ ਹੁੰਦਾ, ਪਿਓ ਤੋਂ ਇਲਾਵਾ ਕੋਈ ਨਹੀਂ ਸਭ ਕਰਦਾ। ਅਤੇ ਇੱਕ ਦਾਦਾ ਜੀ ਇਹਨਾਂ ਦੇ ਬੱਚਿਆਂ ਦੇ, ਉਹ ਵੀ ਪੈਰਾਲਾਈਜ਼ਰ ਨੇ, ਅਤੇ ਅਸੀਂ ਪ੍ਰਸ਼ਾਸਨ ਤੋਂ ਸਾਨੂੰ ਇਹੀ ਮੰਗ ਆ ਵੀ ਇਹਨਾਂ ਦੀ ਜਿੱਥੇ ਕੰਪਨੀ 'ਚ ਕੰਮ ਕਰਦੇ ਉਹ ਕੰਪਨੀ ਵੱਲੋਂ ਵੀ ਥੋੜ੍ਹੀ ਸਹਾਇਤਾ ਕੀਤੀ ਜਾਵੇ ਅਤੇ ਪ੍ਰਸ਼ਾਸਨ ਵੱਲੋਂ ਵੀ ਥੋੜ੍ਹੀ ਸਹਾਇਤਾ ਕੀਤੀ ਜਾਵੇ। ਕੰਪਨੀ ਦੇ ਨਾਲ ਕਿਸੇ ਤਰ੍ਹਾਂ ਦਾ ਤੁਹਾਡਾ ਕੋਈ ਤਾਲਮੇਲ ਹੋ ਸਕਿਆ? ਨਹੀਂ, ਕੰਪਨੀ ਦੇ ਨਾਲ ਕੋਈ ਤਾਲਮੇਲ ਤਾਂ ਨਹੀਂ ਹੋ ਸਕਿਆ ਵੀ, ਉੱਥੇ ਸਾਡੇ ਮਤਲਬ ਵੀ ਬ੍ਰਦਰ ਨੇ ਛੋਟੇ 2 ਅਤੇ ਉਹਨਾਂ ਦੇ ਨਾਲ ਹੀ ਗੱਲਬਾਤ ਹੋ ਰਹੀ ਆ, ਉਹੀ ਅੱਗੇ ਗੱਲਬਾਤ ਕਰ ਰਹੇ ਨੇ, ਬਾਕੀ ਸਾਨੂੰ ਤਾਂ ਉਹੀ ਜੋ ਕੋਈ ਦੱਸ ਰਹੇ ਨੇ। ਕੰਪਨੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਭਰੋਸਾ ਦਿੱਤਾ ਜਾ ਰਿਹਾ? ਕਹਿ ਤਾਂ ਰਹੇ ਆ ਵੀ ਭਰੋਸਾ ਦਿੱਤਾ ਜਾ ਰਿਹਾ, ਤੁਹਾਡੀ ਮਤਲਬ ਡੈੱਡ ਬੋਡੀ ਭੇਜ ਦਾਂਗੇ, ਤੁਹਾਨੂੰ ਕੁਛ ਮਾਲੀ ਸਹਾਇਤਾ ਦੇ ਦਾਂਗੇ, ਪਰ ਜਦ ਤੱਕ ਇੱਥੇ ਡੈੱਡ ਬੋਡੀ ਪਹੁੰਚਦੀ ਨਹੀਂ ਤਦ ਤੱਕ
कुछ नहीं कह सकते। पंजाब सरकार ते सेंटर दी गवर्नमेंट तो तुसी की मांग करते हो? पंजाब सरकार ते सेंटर दी गवर्नमेंट तो यही मांग करते हैं भी चलो इतों पंजाबी बेचारे बाहर जाके काम करते हैं तो जे उत्थे काम करते हैं तो उन्होंने कुछ ना कुछ भी सहायता माली सहायता मिलनी चाहिए तो उन्होंने जी डेड बॉडी है इतने तक पहुँचनी चाहिए ता जो उन्होंने छोटे छोटे बच्चों का गांह अगे आने वाला भविख सही सुधर सके। उधर गुरदासपुर के पिंड अहमदाबाद के नौजवान गुरपिंदर सिंह की ग्रीस च मौत हो गई। मृतक के पिता की पहला ही मौत हो चुकी है ते अपने हिस्से आउंदी जमीन गहने धर के रोजी रोटी लई विदेश गया सी जिथे उसकी भेद भरे हालातों च मौत हो गई जिस तों बाद माँ अते पत्नी का रो रो के बुरा हाल है। परिवार वालों सरकारां तों मदद की गुहार लगाई जा रही है। बेनती मैं गरीबनी बड़ी तगड़ी हाँ बहुत मेरी तगड़ी गरीबनी है मैं मेरा रहा कुछ नहीं आदमी मेरा वेखो जिहड़ा कितें चल गया पुत मेरा चल गया हुण तो मेरी ओह मंग मेरा पुत उपड़ जाए मेरी गरीबी निकल जाए आ मेरी नूं बैठी है मेरे कदे सिर ते रखनी आ। कोई गल बात नहीं ना बहुत चंगे रहिंदे इहदे नाल एक गुरदासपुर का मुंडा विदेशियां दे मुंडे आ एक इत्थों दा वा ऐसा की हूँ हम दसन डे जिन्हें पूरी जानकारी की है ना वो कुंबली का फिर मेरे हिसाब से बहर जो मतलब कि जंटी ना यदा वो मेरी वोटी का जरा नाऊ मिलता मासी का जवाई ही तो उन्हें खड़िया ही हूँ पता नहीं भी वो व्याह वा उतकाल हूँ उधर वो कर पता नहीं हूँ मैं इन्ना मैं उनको ही दसिया कौन कर डे ये मेरे जवाई को पता वा चाहे मतलब कि पर मैंने यो चाहिए मैं कुछ सहूलत चाहिए हो नहीं मैंने कुछ चाहिए। मेरा अमृतपाल सिंह नाम है जिहड़ा मुंडा गया सी जां की लगदा सी तुहाडा ते की नाम है? मेरे ताया जी का बेटा सी नाम गुरपिंदर सिंह करीबन 2 साल पहला ग्रीस गया सी जिथे मतलब पास शहर सुन चाह भी उत्थे रहिंदा सी ओह ते बीती शुक्रवार उस कहन दे मुताबिक भी उस रात उसनू हार्ट अटैक आने करके उसकी मौत हो चुकी है सानू शनिवार को पता लगा सी बारे तो उस तो बाद जिहड़े नाल दे साथी उन्होंने तो मतलब पुछते रहे जो भी गलबात आ कहते भी इदा हार्ट अटैक मतलब आने करके उसकी मौत हो चुकी है तो अगे का सानू अजे कोई पता नहीं है मतलब उधर की मतलब करते पे आ कार्रवाई या कुछ भी जो भी उस बारे कोई पता नहीं है। असी एम एल ए साहब शेखवान साहब तक अप्रोच की सी उन्होंने भी आश्वासन ये दवाया कि ताड़ी जो भी मदवा की जाएगी उन्होंने असी जो भी अपना मंग पत्र उन्होंने सौंपिया से साढ़े हाँ जी अजे तक कोई जवाब नहीं आया उस बारे। हाँ जी असी प्रशासन तो यह मंग करते हैं भी साढ़े भरा की डेड बॉडी पंजाब भारत मंगवाई जाए ता जो उसके अंतिम जो भी रस्मां कीतियां जान परिवार के। उत्थे लुधियाणा के पिंड डांगो का 21 साल नौजवान इतराज जो कि 1 साल पहला ही कनेडा गया से जिथे उसकी मौत हो गई। परिवार ने 22 लाख के करीब कर्जा चुक के अपने पुत को विदेश भेजा से जिथे सेहत खराब होने बाद उसकी मौत हो गई। दिसंबर तरीक पार्टी पूर्टी जाके आए थे पता नहीं उठे पार्टी करी सी फिर बस पता नहीं घरे पार्टी करी पता नहीं कितने करी आ। अच्छा दो मुंडिया की डेथ? हाँ जी दो मुंडिया की कट्ठे ही बस कमरे च पे सी आकड़े पे सी है नहीं सी ओह जाने। अच्छा जी रसोई पर एक रसोई दा दस दे अभी। अच्छा माता
ਮਤਲਬ ਜਦੋਂ ਤੁਹਾਨੂੰ ਪਤਾ ਲੱਗਿਆ ਤੁਸੀਂ ਪਰਿਵਾਰ ਦੇ ਵਿੱਚ ਕਿਹੜੇ ਕਿਹੜੇ ਮੈਂਬਰ ਕਿੱਥੇ ਬੈਠੇ ਸੀ ਤੁਸੀਂ ਇੱਥੇ ਮੈਂ ਵੀ ਘਰੇ ਬੈਠੇ ਸੀ ਕਿ ਤੁਸੀਂ ਹਾਂਜੀ ਘਰੇ ਸੀ ਅਸੀਂ ਅੱਛਾ ਤੁਹਾਨੂੰ ਫੋਨ ਆਇਆ ਹੈ ਹਾਂਜੀ ਸਾਡੀ ਮੇਰੀ ਭੈਣ ਨੂੰ ਪਤਾ ਸੀਗਾ ਵੀ ਇੰਦਰਾਜ ਹੈ ਨੀਗਾ ਤੇ ਉਹਨੇ ਸਾਨੂੰ ਨਹੀਂ ਦੱਸਿਆ ਜਾਣੀ ਪੜ੍ਹਨ ਵਾਸਤੇ ਗਿਆ ਸੀ ਮਤਲਬ ਹਾਂਜੀ ਪੜ੍ਹਾਈ ਕਰ ਉਮਰ 21 ਸਾਲ ਦਾ ਸੀ ਕੋਈ ਬਿਮਾਰੀ ਠਮਾਰੀ ਪਹਿਲਾਂ ਸੀ ਕੋਈ ਬਿਮਾਰੀ ਨਹੀਂ ਸੀ ਠੀਕ ਠਾਕ ਬਿਲਕੁਲ ਅੱਛਾ ਕੀ ਮੰਗ ਕੀ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਵੀ ਜਿਹੜੀ ਜਾਂਚ ਇਹਦੀ ਹੋਣੀ ਚਾਹੀਦੀ ਕੋਈ ਜਾਂਚ ਤਾਂ ਜੀ ਉਹ ਕਹਿੰਦੇ ਡਾਕਟਰ ਪੋਸਟਮਾਰਟਮ ਤਾਂ ਕਰਨਗੇ ਉੱਥੇ ਆਪੇ ਅੱਛਾ ਜੀ ਬਾਈ ਜੀ ਇੰਦਰਾਜ ਦੇ ਪਿਤਾ ਜੀ ਹੋ ਤੁਸੀਂ ਹਾਂਜੀ ਅੱਛਾ ਕਿਸ ਤਰ੍ਹਾਂ ਭਾਣਾ ਵਾਪਰਿਆ ਵੀਰ ਜੀ ਕਦੋਂ ਤੁਹਾਨੂੰ ਪਤਾ ਲੱਗਿਆ ਮੈਂ ਤਾਂ ਗੱਡੀ 'ਤੇ ਜੀ ਡਰਾਈਵਰੀ ਕਰਦਾ ਜੀ ਅੱਛਾ ਜੀ ਉੱਧਰ ਹੀ ਸਾਡੀ ਭੂਆ ਦੇ ਮੁੰਡੇ 'ਤੇ ਫੋਨ ਕੀਤਾ ਜੀ ਕਹਿੰਦਾ ਘਰ ਨੂੰ ਮੁੰਡਿਆ ਅੱਛਾ ਜੀ ਅਤੇ ਉਹਨਾਂ ਨੇ ਮੈਨੂੰ ਮਤਲਬ ਰਾਹ 'ਚ ਨਹੀਂ ਦੱਸਿਆ ਕਹਿੰਦੇ ਬਿਮਾਰ ਆ ਵੀ ਤੂੰ ਆ ਜਾ ਸ਼ਹੀਦ ਨੇ ਘਰ ਨੂੰ ਆ ਜਾ ਅੱਛਾ ਜੀ ਮੈਂ ਘਰ ਨੂੰ ਉੱਥੋਂ 600 ਕਿਲੋਮੀਟਰ ਆ ਜਿੱਥੇ ਮੈਨੂੰ ਪਤਾ ਲੱਗਿਆ ਯੂਪੀ 'ਚੋਂ ਅੱਛਾ ਜੀ ਹਾਂਜੀ ਉੱਥੋਂ ਆਉਣ ਨੂੰ ਮੈਨੂੰ ਟਾਈਮ ਲੱਗ ਗਿਆ ਅਤੇ ਘਰ ਆ ਗਏ ਫਿਰ ਮੈਨੂੰ ਪਤਾ ਲੱਗਿਆ ਵੀ ਆਹ ਗੱਲ ਹੋ ਗਈ ਅੱਛਾ ਵੀਰ ਜੀ ਜਿੱਦਾਂ ਤੁਸੀਂ ਡਰਾਈਵਰੀ ਕਰਦੇ ਹੋ ਬੜੇ 22 ਲੱਖ ਰੁਪਇਆ ਬੜਾ ਔਖਾ ਇਕੱਠਾ ਕੀਤਾ ਹੋਣਾ ਵਾ ਕਰਜ਼ਾ ਕੁਰਜ਼ਾ ਵੀ ਲਿਆ ਕਰਜ਼ਾ ਜੀ ਪੜ੍ਹਾਈ ਕੀਤੀ ਜੀ ਉਹਦੀ ਹਾਂਜੀ ਪੈਸਾ ਬਹੁਤ ਲੱਗਿਆ ਜੀ ਮਤਲਬ ਪੈਸਾ ਬਹੁਤ ਸਾਰੀ ਜ਼ਿੰਦਗੀ ਬੱਚਿਆਂ 'ਤੇ ਲਾਤੀ ਜੀ ਤੁਹਾਨੂੰ ਪਤਾ ਹੀ ਆ ਅੱਜ ਕੱਲ੍ਹ ਕਿੰਨਾ ਹੜ੍ਹ ਵਰਕਾ ਕਰਨਾ ਗੱਡੀ ਵਾਲੇ ਦਾ ਅੱਛਾ ਬਾਈ ਜੀ ਹੁਣ ਉਹਦੀ ਜਿਹੜਾ ਅੰਤਿਮ ਸੰਸਕਾਰ ਆ ਉਹਦੇ ਬਾਰੇ ਕੋਈ ਗੱਲਬਾਤ ਹੋਈ ਆ ਅਸੀਂ ਉਹਦੇ ਬਾਰੇ ਗੱਲ ਕਹਿੰਦੇ ਜੀ ਵੀ ਅਸੀਂ ਆਪਣੀ ਸਰਕਾਰ ਵਿਜੇ ਦੇ ਦੇਵੇ ਅੱਛਾ ਜੀ ਵੀ ਉੱਧਰ ਜਾ ਕੇ ਅਸੀਂ ਆਪਣਾ ਬੇਟੇ ਦੇ ਸੰਸਕਾਰ ਕਰੇ ਜੀ ਗੌਰਤਲਬ ਹੈ ਕਿ ਪਰਿਵਾਰਾਂ ਵੱਲੋਂ ਮ੍ਰਿਤਕ ਦੇਹਾਂ ਪੰਜਾਬ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਆਪਣੇ ਹੱਥੀਂ ਉਹ ਆਪਣੇ ਪੁੱਤਾਂ ਦੀਆਂ ਅੰਤਿਮ ਰਸਮਾਂ ਕਰ ਸਕਣ ਜਿਸ 'ਚ ਦੇਖਣਾ ਹੋਵੇਗਾ ਕਿ ਸਰਕਾਰ ਇਹਨਾਂ ਪਰਿਵਾਰਾਂ ਦੀ ਕੀ ਮਦਦ ਕਰਦੀ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਅਤੇ ਲੁਧਿਆਣਾ ਤੋਂ ਲਖਵਿੰਦਰ ਸਿੰਘ ਪੰਜਾਬੀ ਲੋਕ ਚੈਨਲ